ਇਹ ਮੇਰੇ ਚਾਚਾ ਜੀ ਦਾ ਲੜਕਾ ਸੀ, ਅੰਮ੍ਰਿਤਪਾਲ ਸਿੰਘ ਨਾਂ ਸੀ ਇਹਦਾ। ਇਹ ਅਤੇ ਇਹਦਾ ਬ੍ਰਦਰ ਦੋਨੇ ਤੋਂ ਵੱਡਾ ਅਮਰਿੰਦਰ, ਇਹ ਨਾ ਇੱਥੇ ਕੇਂਦਰਾ ਬੈਂਕ ਲਾ ਕੇ ਪੈਸੇ ਕਢਾਉਣ ਆਏ ਸੀ। ਇੱਕ ਆ ਕਾਰ ਖੜ੍ਹੀ ਹੈ ਇੱਥੇ ਲੱਗੇ ਹੀ, ਇਹ ਹੁਸ਼ਿਆਰਪੁਰ ਸਾਈਡ ਤੋਂ ਆ ਰਹੀ ਸੀ, ਇਹਨੂੰ ਰੋਡ ਦੇ ਸਾਈਡ 'ਤੇ ਖੜ੍ਹੇ ਨੂੰ ਇਹਨੇ ਹਿੱਟ ਕੀਤਾ, ਐਜ ਦੀ ਸਪੋਟ ਇਹਦੀ ਉੱਥੇ ਡੈਥ ਹੋ ਗਈ। ਇਸ ਤੋਂ ਬਾਅਦ ਇਹ ਗੱਡੀ ਬਲੱਗਣਾ ਰੋਡ ਨੂੰ ਗਈ ਆ, ਉੱਥੇ ਰਸਤੇ ਵਿੱਚ ਜਾ ਕੇ ਫਿਰ ਇੱਕ ਇਹਨੇ ਐਕਸੀਡੈਂਟ ਕੀਤਾ, ਉਹ ਵੀ ਬੰਦੇ ਦੀ ਮੌਕੇ 'ਤੇ ਉੱਥੇ ਡੈਥ ਹੋ ਗਈ। ਤਾਂ ਉਸ ਤੋਂ ਬਾਅਦ ਇਹ ਗੱਡੀ ਭਜਾ ਕੇ ਇੱਥੋਂ ਫਰਾਰ ਹੋ ਗਿਆ। ਇਹ ਗੱਡੀ ਰਾਤ ਪੁਲਿਸ ਨੂੰ ਪ੍ਰਧਾਵੇ ਲਾਗੇ ਪਿੰਡ ਹੈਗੀ ਆ, ਇੱਕ ਲੁੱਕ ਪਲਾਂਟ ਆ ਉਹਦੇ ਲਾਗਿਓਂ ਬਰਾਮਦ ਹੋਈ ਆ, ਅਤੇ ਪਤਾ ਲੱਗਾ ਕਿ ਪ੍ਰਧਾਵੇ ਪਿੰਡ ਦਾ ਇਹ ਮੁੰਡਾ ਫੌਜੀ ਆ ਜਿਹਨੇ ਐਕਸੀਡੈਂਟ ਕੀਤਾ, ਆਪ ਉਹ ਅਜੇ ਤੱਕ ਫਰਾਰ ਹੈ, ਮਿਲਿਆ ਨੀਗਾ। ਅਤੇ ਬੜੀ ਮਾੜੀ ਘਟਨਾ ਹੋਈ ਆ ਜੀ, ਮੁੰਡਾ ਸਾਡਾ 26-27 ਸਾਲ ਦਾ ਮੁੰਡਾ ਸਾਡਾ ਸੀਗਾ ਜੀ। ਤਾਂ ਬੰਦਾ ਦੋ ਬੰਦੇ ਮਾਰ ਕੇ ਹਲੇ ਫਰਾਰ ਹੈ ਜੀ, ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈ, ਗੱਡੀ ਟਰੇਸ ਮੁਰਾਦੀ ਕਰ ਲਈ ਹੈ ਪੁਲਿਸ ਨੇ ਜੀ। ਮੇਰਾ ਨਾਮ ਸੁਖਦੇਵ ਸਿੰਘ। ਸੁਖਦੇਵ ਸਿੰਘ ਜੀ, ਇਹ ਕੀ ਲੱਗਦੇ ਸੀ ਜਿਹੜੇ? ਮੇਰੇ ਫਾਦਰ ਕਿੱਥੇ ਗਏ ਸੀ ਇਹ ਜਦੋਂ? ਇਹ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸੀਗੇ, ਆਉਂਦੇ ਟਾਈਮ ਬੈਕ ਸਾਈਡ ਤੋਂ ਇਹਨਾਂ ਹਿੱਟ ਕੀਤੀ ਹੈ ਗੱਡੀ ਨਾਲ। ਉਹ ਸ਼ਾਇਦ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਡਰਿੰਕ ਕੀਤੀ ਹੋਈ ਸੀ, ਨਸ਼ੇ ਵਿੱਚ ਸੀਗਾ, ਹਿੱਟ ਕਰਨ ਤੋਂ ਬਾਅਦ ਫਰਾਰ ਹੋ ਗਿਆ। ਹੁਣ ਅੱਗੇ ਜਾ ਕੇ ਗੱਡੀ ਛੱਡਤੀ ਹੈਗੀ, ਠੀਕ ਹੈ, ਝਾੜਿਆਂ ਵਿੱਚ ਗੱਡੀ ਛੱਡ ਕੇ ਫਰਾਰ ਹੋ ਗਏ। ਕੀ ਮੰਗ ਕਰਦੇ ਸੀ? ਔਰ ਅਸੀਂ ਗੌਰਮੈਂਟ ਤੋਂ ਇਹੀ ਚਾਹੁੰਦੇ ਹਾਂ ਕਿ ਇਹੋ ਜਿਹੇ ਹਾਦਸੇ ਰੋਕਣੇ ਚਾਹੀਦੇ ਹੈਗੇ, ਠੀਕ ਹੈ ਜੀ, ਕਿਉਂਕਿ ਇੱਕ ਸਾਥ ਦੋ ਪਰਿਵਾਰ ਉੱਜੜ ਚੁੱਕੇ ਨੇ। ਹਾਂਜੀ, ਕੱਲ੍ਹ ਸਾਡੇ ਕੋਲ ਜੀ 14-2 ਨੂੰ ਦੋ ਕੇਸ ਆਇਆ। ਇੱਕ 6:45 ਵਜੇ ਆਇਆ, ਅੰਮ੍ਰਿਤਪਾਲ ਸਿੰਘ ਜਿਹਦਾ ਪਿੰਡ ਕੱਲੋਵਾਲ ਦਾ ਸੀ, ਉਹ ਰੋਡ ਸਾਈਡ ਐਕਸੀਡੈਂਟ ਦਾ ਸੀਗਾ ਸੀ, ਹੈੱਡ ਇੰਜਰੀ ਸੀ, ਸਾਡੇ ਕੋਲ ਬਰੋਡ ਨੈੱਟ ਆਇਆ ਹੈਗਾ। ਅਤੇ ਦੂਸਰਾ ਕੇਸ ਜਿਹੜਾ ਆ 7 ਵਜੇ ਕੱਲ੍ਹ ਸ਼ਾਮੀ ਆਇਆ, ਬਖਸ਼ੀ ਰਾਮ ਪਿੰਡ ਬਲੱਗਣਾ ਦਾ ਸੀ, ਇਹ ਵੀ ਰੋਡ ਸਾਈਡ ਇਸ ਨਾਲ ਬਰੋਡ ਨੈੱਟ ਸੀ, ਹੈੱਡ ਇੰਜਰੀ ਸੀਗੀ। ਅਤੇ ਦੋਨੇ ਜਿਹੜੀਆਂ ਬੋਡੀ ਪੁਲਿਸ ਇਨਫੋਰਮ ਕਰ ਦਿੱਤਾ ਗਿਆ, ਔਰ ਬੋਡੀ ਜਿਹੜੀਆਂ ਸ਼ਿਫਟ ਮੋਰਚਰੀ ਵਿੱਚ ਕਰ ਦਿੱਤੀਆਂ ਗਈਆਂ।